ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ ਕਮਲ ਵੀਰ ਦੇ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਤੋਕੜ ਗੱਬਣ ਨੀਲੀ ਦੀ ਮਾਈ ਤੁਹਾਨੂੰ ਦਿਖਾਉਣੀ ਚੱਕ ਪਾਸ, ਅਤੇ ਦੋ ਤੁਹਾਨੂੰ ਗਾਵਾਂ ਦਿਖਾਵਾਂਗੇ। ਆ ਮੱਝ ਵੀ ਐਂਡ 'ਤੇ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ ਜਿਹੜੀ ਤੋਕੜ ਗੱਬਣ, ਇਹ ਐਂਡ 'ਤੇ ਤੁਹਾਨੂੰ ਦਿਖਾਉਣੀ। ਪਹਿਲਾਂ ਗਾਵਾਂ ਤੁਹਾਨੂੰ ਦਿਖਾਵਾਂਗੇ, ਦੋ ਗਾਵਾਂ ਤੁਹਾਨੂੰ ਦਿਖਾਉਣੀਆਂ, ਇੱਕ ਸੂਈ ਅਤੇ ਇੱਕ ਗੱਬਣ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਚਲੋ ਵਧੀਆ, ਕਿਰਪਾ ਚਾਹੀਦੀ ਜੇ, ਅੱਜ ਤਿਆਰੀ ਜਾ ਕਿਤੇ ਜਾਪ ਦਾ। ਅੱਛਾ ਫਿਰ ਅੱਛਾ ਠੀਕ ਹੈ, ਤੇ ਚਲੋ ਨਾਮ ਦੱਸ ਦੋ। ਨਾਮ ਕਮਲ ਜੀ, ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ। ਤੇ ਫੋਨ ਨੰਬਰ ਬੋਲਦੇ ਇੱਕ ਵਾਰੀ, 9151967 ਮੇਰਾ ਨੰਬਰ। ਠੀਕ ਹੈ, ਤੇ ਸ਼ੁਰੂਆਤ ਪਹਿਲਾਂ ਫਿਰ ਗਾਂ ਦੇ ਕਰ ਲਈਏ। ਕਿੰਨਾ ਸੁਭਾ ਸੋਨਾ ਹੈ? ਤੇ ਕਿੰਨੇ ਕੁ ਦੁੱਧ ਵਾਲੀ ਜੇ? ਦੁੱਧ ਵੀ ਜੀ 20 ਲੀਟਰ ਕੱਢੀ ਜਾਊਗੀ, ਦੇਣਾ ਹੈ 15 ਹੈਗੇ ਜੀ। ਅੱਛਾ ਹਾਂਜੀ ਹਾਂਜੀ ਠੀਕ ਹੈ, ਬਾਕੀ ਰੰਗ ਰੂਪ ਦੀ ਚੰਗੀ ਹੈ ਤੇ ਕੱਦ ਕਾਠ ਵੀ ਚੰਗਾ ਵਾ, ਥਣਾਂ ਦਾ ਸਾਈਜ਼ ਗੈਪ ਆਪਾਂ ਦੇਖ ਸਕਦੇ ਹਾਂ। ਹਜੇ ਲੈ ਆ ਤੋਰ ਦੋ, ਦੁੱਧ 20 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ, ਬਾਕੀ ਦੇਣ ਅਜੇ 15 ਖੜਦੀ ਹੈ ਸੋਨ 'ਚ, ਬਾਕੀ ਹੈਗੀ ਜਿਹੜੀ ਕਰੋਸ 'ਚ ਆ, ਬਾਕੀ ਚੰਗੀ ਤਿਆਰ ਹੋਣੀ ਆ ਥੱਲਿਆਂ 'ਚ, ਹਵਾਨੇ 'ਚ ਵੱਟ ਵੁੱਟ ਕਾਫੀ ਸਾਂਭੀ ਸੁੰਭੀ ਚੰਗੀ ਆ ਪਿੱਛੋਂ ਜਿੱਥੋਂ ਵੀ ਆਈ। ਲੈ ਜਾਓ ਜੀ, ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਵੇਖੇ। ਜੀ ਜੀ, ਫਿਰ ਮੋਲੇ ਦਾ ਆਪਾਂ ਕਰ ਦਈਏ ਜਾਇਜ਼ ਜਿਹਾ, ਜਿਹੜੀ ਜਾਵੇ ਪਹਿਲੇ ਫੋਨ ਤੇ। ਮੋਲੇ ਵੀ ਤੇ ਚਲੋ ਸਾਂਭਣੀ ਸੁੰਭਣੀ ਅਗਲੇ ਨੇ, ਅਸੀਂ ਸਾਂਭ ਛੱਡ ਕੇ 55-50 ਜਿੰਨਾ ਮਰਜ਼ੀ ਕਰੀ ਜਾਈਏ, 46,000 ਦੀ ਗਾਂ ਦੇ ਦਾਂਗੇ। ਹਾਂ ਅੱਛਾ, 46,000 ਦੀ ਬਿਲਕੁਲ ਜਾਇਜ਼ ਰੇਟ ਆ, ਵੱਡੀ ਵੈੜ ਆ, ਭਾਵੇਂ ਕੋਈ ਸਾਂਭ ਕੇ 55,000 ਦੀ ਵੇਚ ਲਓ, ਠੀਕ ਹੈ, ਸਾਰਾ ਨਹੀਂ ਕੋਈ ਹੈਗਾ। ਠੀਕ ਹੈ, ਬਾਕੀ ਇਹ ਆ ਕਿ ਹੈਗੇ ਵੀ ਗਰਮੀਆਂ 'ਚ ਚੋਣ ਵਾਲੀ ਆ, ਤੇ ਉਸ ਤਰ੍ਹਾਂ ਵੀ ਰਾਜੀ ਰੂਜੀ ਪੂਰੀ ਆ, ਛੋਟ ਮੌਕੇ ਤੇ ਹੋ ਜਾਊਗੀ। ਖੋਲ ਦੋ ਇਹਨਾਂ ਵੀ, ਤੇ ਇਹ ਵੀ ਸੂਈ ਸਵਾਈ ਆ। ਇਹਦੇ ਕੋਲ ਦੁੱਧ ਕਿੰਨਾ ਜੀ ਵੀਰ ਜੀ? ਇਹਦੇ ਕੋਲ ਵੀਰ ਜੀ ਦੁੱਧ ਤੇ ਹੀ 9-10 ਕਿਲੋ ਗੋਲਾ। ਹਾਂਜੀ, 5-6 ਦਿਨ ਹੋ ਗਏ ਸੂਈ ਨੂੰ, ਜਰਸੀ ਮਗਰ ਵੱਛੀ ਇਹਦੇ। ਠੀਕ ਆ, ਵੱਛੀ ਦਿਖਾ ਦਿੰਦੇ ਆ। ਤੇ ਹੁਣ ਨਾ ਪੱਠੇ ਪੁੱਠੇ ਵੇਖ ਲਓ ਅੱਗੇ ਯਾਰ, ਕੱਲੀ ਤੂੜੀ ਪੈਣ ਡਈ ਆ। ਹਾਂਜੀ ਹਾਂਜੀ, ਚੋਕਰ ਤੱਕਰ ਪਾਜਦਾ ਤੁਹਾਨੂੰ ਪਤਾ ਡੰਗਰਾਂ ਨਹੀਂ ਗੱਲ ਬਣਦੀ। ਹਾਂਜੀ ਹਾਂਜੀ, ਹੁਣ ਪੱਠੇ ਉਦਾਂ ਜਵਾਰ ਅੱਜ ਮੁੱਲ ਲਈ ਆ। ਠੀਕ ਆ, ਪੱਠੇ ਪੁੱਠੇ ਜਿਹੜੇ ਹੈਗੇ ਆ ਤੇ ਵਧੀਆ ਗਾਂ ਦੀ 10-12 ਕਿਲੋ ਦੁੱਧ ਦੇਈ ਜਾਊਗੀ ਸੱਜਰ ਸੂਈ। ਚਲੋ ਪੱਠੇ ਤੋਰੀ ਪੈਣੇ ਆ ਹੁਣ। ਹਾਂਜੀ ਹਾਂਜੀ, ਥੋੜਾ ਜਿਹਾ ਤੁਹਾਨੂੰ ਬਸ ਸੱਜੇ ਡੰਗਰ ਨੂੰ ਫੜਿਆ ਹੋਰਿਆ ਪੈਂਦਾ ਰਹੇ ਤੇ ਵਧੀਆ। ਬਾਕੀ ਆ ਦੇਖ ਸਕਦੇ ਜੀ, ਬੜੀ ਜਿੱਦਾਂ ਮਰਜ਼ੀ ਹੱਥ ਫੇਰੋ ਥੱਲੇ, ਤੂੜੀ 'ਚ ਪੱਠੇ ਇਸ ਤਰ੍ਹਾਂ ਜਿਸ ਤਰ੍ਹਾਂ ਸਬਜ਼ੀ 'ਚ ਘਿਓ ਪਾਇਆ ਹੁੰਦਾ ਵਾ, ਉਹਨੇ ਕੀ ਆ ਬਸ ਮਾਤਰ ਨਾ ਮਾਤਰ ਹੀ ਆ। ਠੰਡੀ ਠੰਡੀ ਬੜੀ ਹੈਗੀ, ਸਾਡੇ ਵੀ ਫੇਰ ਚਵਾਈ ਹੈ ਸਵੇਰੇ, ਤੇ ਧਾਰ ਧੂਰ ਬੜੀ ਪੋਲੀ ਆ। ਠੀਕ ਹੈ, ਬਹੁਤ ਆ, ਤੇ ਹੈ ਵੀ ਗਰਮੀ ਵਾਲੀ ਆ ਗਾਂ। ਲੈ ਆ, ਤੇ ਹੁਣ ਪੱਕਾ ਦੁੱਧ ਕਿੰਨਾ ਜੇ ਦੇਖੋ? ਪੱਕਾ 7-8 ਕਿਲੋ ਪੱਕਾ ਆ ਦੋ। 7-8 ਕਿਲੋ ਜਿਹੜਾ ਕਹਿੰਦੇ ਕਿ ਹੁਣ ਹੈਗਾ ਪੱਕਾ ਮੌਕੇ ਤੇ। ਇਹਨਾਂ ਨੂੰ ਫੀਡ ਪਾ ਦਈਏ, ਪੱਠੇ ਪਾ ਦਈਏ ਘੱਟ ਤੋਂ। ਹੈਲੋ, ਆ ਵੱਛੀ ਜੀ ਜਰਸੀ ਇਹਦੀ। ਲੈ ਆਓ, ਉਸ ਤਰ੍ਹਾਂ ਇਹ ਆ ਕਿ
ਜਰਸੀਆਂ ਦੇ ਹਿਸਾਬ ਨਾਲ ਕੱਦ ਕੱਠ ਬੋੜੀ ਬੇਟੇ ਤਾਂ ਠੀਕ ਆ ਉੱਤਰ, ਬਾਕੀ ਆਪਣੀ ਸਮਝਣਾ ਵੇਖ ਕੇ ਚਵਾਈ ਕਰਕੇ ਕਰੋ ਫਿਰ ਵੀ। ਤੇ ਇਹਦਾ ਵੀਰ ਜੀ ਮੁੱਲ ਫਿਰ? ਮੁੱਲ ਵੀਰ ਜੀ ਇਹਦਾ 40,000 ਆ। ਅੱਛਾ, ਖਾਣਾ ਜਿਹੜੀ ਹੈ 35,000 ਦੀ ਹੈ। 35,000 ਦੀ ਦੇ ਦੇ, ਉਹਦੇ ਛੋੜ ਛਾੜ ਹੋ ਜੂਗੀ। ਬਾਕੀ ਕੋਈ ਨਾ ਵੇਜ ਚ ਲੈ ਲੈ, ਠੰਡੀ ਧਾਰ ਪੋਲੀ ਆ, ਦੋ ਦਿਨ ਸੇਵਾ ਕਰ ਲੈ, ਵੇਖੋ ਦੁੱਧ ਨਾ ਤੇ 11 ਲੀਟਰ ਦਊ 12 ਲੀਟਰ ਫਿਰ ਮਨਵਾ ਕੇ। ਠੀਕ ਹੈ, ਦੁੱਧ ਵੱਧ ਇਸ ਲਈ 9 ਕਿਲੋ ਤੇ ਦੁੱਧ ਵੀ ਸੰਘਣਾ ਮੱਝਾਂ ਪੜ ਜਾਣਾ, ਮੱਝਾਂ ਵਾਲਾ ਸੰਘਣਾ। ਐ ਠੰਡੀ ਤੇਰੀ ਕਾਲੀ ਸੂਈ ਹੁਣ ਤੋਕੜ ਗੱਬਣ ਇੱਕ ਮੱਝ ਹਾਂ ਮੇਲਾ ਮੂਲਾ ਮਾਰਨਾ ਦਿਖਾ ਦਈਏ। ਹਵਾ ਨਹੀਂ ਦਾ ਲੱਗੇ ਤਾਂ ਦੇਖ ਸਕਦੇ ਜੀ, ਅਜੇ ਤੋਰ ਦੇ ਇੱਕ ਵਾਰੀ ਪਹਿਲਾਂ ਤੋਰ ਕੇ ਤੁਹਾਨੂੰ ਦਿਖਾਈਏ। ਹਾਂ ਦੇਖ ਸਕਦੇ ਜੀ, ਚੈੱਕ ਪਾਸ ਆ ਜਿਹੜੀ ਲੈ ਜਾਓ ਜੀ। ਉਤਰਾ ਇਹ ਆ ਕਿ ਕੱਦ ਕਾਠ ਵੀ ਚੰਗਾ ਵਾ ਅਤੇ ਮੂੰਹ ਮੱਥੇ ਦੀ ਵੀ ਸੋਹਣੀ ਆ, ਜਿਹੜੀ ਬੋਡੀ ਸਟਰਕਚਰ ਚੰਗਾ ਵਾ, ਦੁੱਧ ਵਾਲੀਆਂ ਨਿਸ਼ਾਨੀਆਂ ਵੀ ਜਿਹੜੀਆਂ ਇਹ 'ਚ ਚੰਗੀਆਂ। ਤੇ ਕਿੰਨੇ ਚਿਰ ਦੀ ਚੈੱਕ ਪਾਸ ਤੇ ਵਿੱਧੀ ਆ? 5ਵਾਂ ਮਹੀਨਾ ਜਾਣ ਡਿਆ ਚੈੱਕ ਕਰਾ ਖੜੇ, ਕੋਈ ਪਿਛਲੀ ਵੀਡੀਓ ਦੀ ਮੱਝ ਪਾਈ ਝੋਟੀ, ਉਹਨੇ 5ਵਾਂ ਮਹੀਨਾ ਜਾਣ ਡਿਆ ਚੈੱਕ ਕਰਾ ਕੇ ਦਿੱਤੀ ਆ। ਅੱਛਾ, ਤੇ ਬੇਸ਼ੱਕ ਆਪਣਾ ਰੇਟ ਰਹੇ ਭਾਵੇਂ ਇੱਥੋਂ ਕਰਾਉਣਗੇ, ਆਪਾਂ ਤਸੱਲੀ ਕੀਤੀ ਆ। ਠੀਕ ਆ, ਦੁੱਧ 8 ਕਿਲੋ ਮੱਝ ਥੱਲੇ। ਅੱਛਾ, ਤੇ ਸੱਜਣਾ ਜਿੰਨਾ ਦੁੱਧ ਹੋਣੀ ਆ। ਅੱਛਾ, 8 ਕਿਲੋ ਹੈਗਾ ਪੱਕਾ ਦੁੱਧ? ਵਿਹਲੇ ਵਿਹਲੇ ਦੀ ਬੜੀ ਪੱਕੀ ਹੈ ਨਸਲ ਜਾਤ ਦੀ, ਮੈਂ ਉਹੋ ਜਿਹੀ ਥੋੜਾ ਕੋਈ। ਹਾਂਜੀ, ਤੇ ਇਹਨਾਂ ਸੱਜਣ ਨੇ ਦੁੱਧ ਚੰਗਾ ਕੱਢਿਆ ਹੋਣਾ ਵਾ। ਹਾਂਜੀ, ਲੱਕੂ ਬਾਹਰ ਵਾਲੀ ਮੈਂ ਵਾ, ਜਿਹੋ ਜਿਹੀ ਨਿਸ਼ਾਨੀ ਆ ਇਹਦੇ 'ਚ। ਹਾਂ ਦੇਖ ਸਕਦੇ, ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ ਤੇ ਥਣ ਵੀ ਚੰਗਾ ਲੱਗਾ ਜਿਹੜਾ। ਵਧੀਆ ਵਧੀਆ, ਕਿਸੇ ਤੋਕਰ ਗੱਬਨ ਜਿੱਦਾਂ ਲੈਣ ਦਾ ਕੋਈ ਮਤਲਬ ਚਾਹ ਬਣਿਆ ਨਾ ਜੀ, ਹਾਂਜੀ ਲੈਣਾ ਚਾਹੁੰਦਾ ਵਾ ਤੇ ਲੈ ਲਏ, ਅੱਖਾਂ ਮੀਟ ਕੇ ਵਧੀਆ ਥੋੜਾ ਜਿਹਾ ਸਾਡੇ ਕੋਲ ਡੇਰੀ ਚੋਂ ਆਈ ਹੈ ਮੱਝ। ਅੱਛਾ, ਇੱਕ ਟੀਕਾ ਮੜ ਮੜ ਲਵਾਇਆ ਵਾ। ਠੀਕ ਆ, ਤੇ ਉਹਦਾ ਹਿੱਲੀ ਹੱਲੀ ਨਹੀਂ ਆ। ਠੀਕ ਆ, ਕੋਈ ਕੋਈ 1 ਨੰਬਰ ਆ। ਤੇ ਮੁੱਲ ਫਿਰ ਇਹਦਾ? ਮੁੱਲ ਵੀ ਦੀ ਉਦਾਂ 70-72 ਜਿੰਨਾ ਮਰਜ਼ੀ ਕਰੀਏ ਜੀ। ਹਾਂਜੀ, 60,000 ਦੇ ਦਾਂਗੇ ਖਾਣ ਵਿੱਚ ਮਾਨਤਨ ਕਰ ਦੋ ਕਿਉਂ? ਹਾਂ ਮਾਨਤਨ ਹੋ ਜਾਊਗਾ। ਤੇ ਇਹ ਆ ਕਿ 8 ਕਿਲੋ ਦੁੱਧ ਘਰੋਂ ਚਵਾ ਦੋ ਕਿਉਂ? ਬਿਲਕੁਲ ਚਵਾ ਕੇ ਦਵਾਂਗੇ ਯਾਰ, ਤੈਨੂੰ ਪਤਾ ਝੂਠ ਕਹੀ ਆਪਾਂ ਬੋਲਿਆ ਨੇ, ਦੁੱਧ ਦਾ ਨਹੀਂ ਕਦੀ ਬੋਲਿਆ, ਕਹਿਣ ਨੂੰ ਭਾਵੇਂ ਬੱਛੀ ਦਾ 10 ਕਿਲੋ ਦੁੱਧ ਕਹੀਏ ਜਾਂ 7 ਕਿਲੋ ਨਿਕਲੂ, ਕੋਈ ਉਹ ਨਹੀਂ ਦੇਣਾ ਹੀ 7 ਕਿਲੋ ਆ। ਠੀਕ ਆ, ਹਾਂਜੀ ਹਾਂਜੀ 7 ਕਿਲੋ ਆ। ਠੀਕ ਆ ਵੀ ਜੇ ਹੋਰ ਕੁਛ ਹੈ ਨਾ, ਬਸ ਵੀ ਜੀ ਮਿਹਰਬਾਨੀ, ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।